ਮਾਰੀ ਫਿਰ ਰਿਹਾ। ਇੱਕ ਨਾ ਤੇ ਮੈਸੇਜ ਵੀ ਆ ਗਿਆ ਕਹਿੰਦੇ ਕਾਲ ਕਰਾਂ। ਮੈਂ ਕਿਹਾ ਕਰ ਲੈ, ਆਪਾਂ ਨੂੰ ਕਿਹੜਾ ਕੋਈ ਕੰਮ ਹੈ। ਹੈਲੋ 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 ਅਮਨ ਜੀ। ਹੈਲੋ ਜੀ, ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣਾ ਸੀ। ਸੁਣਾਓ ਜੀ। ਪੂਰਾ ਨਹੀਂ ਉਦਾਸੀ ਦੇਖੀ ਸੋਹਣੇ ਮੁਖ ਤੇ ਮੈਂ, ਰਾਤੀ ਤੇਰੀ ਫੋਟੋ ਦੇਖੀ ਫੇਸਬੁੱਕ ਤੇ ਮੈਂ। ਜਮਾ ਸੁਣਾਈ, ਮੈਂ ਤਾਂ ਫੋਟੋ ਕਿ ਸਹੇਲੀ ਦੀ ਲਾਈ। ਮੈਂ ਤੁਹਾਡੀ ਵੀ ਫੋਟੋ ਦੇਖੀ ਸੀ, ਬੜੇ ਵੀ ਸੋਹਣੇ ਲੱਗਦੇ ਸੀ। ਹਾਂਜੀ, ਕੀ ਫੇਸਬੁੱਕ ਫੇਸਬੁੱਕ ਲਾਈ ਆ ਬੇਬੇ? ਫੇਸਬੁੱਕ ਕੀ ਹੁੰਦੀ ਮੈਨੂੰ ਤਾਂ ਪਤਾ ਹੀ ਨਹੀਂ, ਮੇਰਾ ਤਾਂ ਇਹ ਸਬਜੈਕਟ ਆ। ਮੈਂ ਜੇ ਆਪਣੀ ਸਹੇਲੀ ਨੂੰ ਪੁੱਛਦੀ ਸੀ ਤੇ ਆਹੀਆਂ ਕੁੜੀਆਂ ਨੇ ਸ਼ਾਕੀਆਂ ਕਾਟੀਆਂ ਲੈ ਲਈਆਂ। ਗੱਲ ਚ ਕੁਛ ਕਾਲਾ ਲੱਗਦਾ, ਉਹਨੂੰ ਪੁੱਛਦੀ ਆ ਤੂੰ ਨਾ ਹਟਿਆ ਕਰ ਪੜ੍ਹਨ ਨੂੰ। ਕੀ ਹੋਇਆ ਬੇਬੇ? ਪੁੱਤ ਤਾਂ ਪੁੱਛਦਾ ਆਪਣੇ ਪੁੱਤ
ਕੀ ਬਾਬੂ ਪਤਾ ਆਈਡੀਆ ਚਾਰਜ ਕਿੱਥੇ ਹੁੰਦਾ ਆ ਨਹੀਂ ਕਰਨਾ ਬਾਬੂ ਉਹ ਕੰਮ ਹੈ ਮੈਨੂੰ ਤੂੰ ਦੱਸ ਬਾਬੂ ਉਹ ਬਾਸੂ ਹੁਣਾਂ ਦੇ ਘਰ ਦੇ ਪਿੱਛੇ ਇੱਕ ਨਵੀਂ ਦੁਕਾਨ ਖੁੱਲੀ ਆ ਉੱਥੇ ਚੱਲ ਜਾ ਉੱਥੇ ਹੋ ਜਾਣਾ ਤਾਂ ਠੀਕ ਹੈ ਆ ਦੇਖਿਓ ਜੀ ਹੁਣ ਰਿਚਾਰਜ ਹੁੰਦਾ ਲੈ ਹੋ ਗਿਆ ਚਲੋ ਫਿਰ ਹੁਣ ਆਪਾਂ ਲੁਧਿਆਣੇ ਵਾਲੀ ਕੁੜੀ ਨੂੰ ਫੋਨ ਕਰਦੇ ਆ ਹੈਲੋ ਹੈਲੋ ਆਈ ਨਹੀਂ ਹੈਲੋ ਹੁਣ ਮਾਰ ਹੀ ਦੇਗੀ ਹੈਲੋ ਛੱਡੋ ਮੈਂ ਇੱਕ ਪ੍ਰੋਫਾਈਲ ਪਿਕ ਲਗਾਈ ਦੇਖੋ ਸੋਹਣੀ ਆ ਅੱਛੀ ਉਹ ਬਹੁਤ ਸੋਹਣੀ ਸੀ ਤੁਸੀਂ ਰਿਬੌਂਡਿੰਗ ਕਰਾ ਲਈ ਹਾਂਜੀ ਰਿਬੌਂਡਿੰਗ ਕਰਾਈ ਆ ਮੈਂ ਤੁਹਾਡੀ ਫੋਟੋ ਵੀ ਦੇਖੀ ਸੀ ਬੜੇ ਸੋਹਣੇ ਲੱਗਦੇ ਸੀ ਪੱਗ ਬੜੀ ਸੋਹਣੀ ਬੰਨਦੇ ਹੋ ਤੁਸੀਂ ਮੈਨੂੰ ਤਾਂ ਪੱਗ ਨਹੀਂ ਲੱਗਦੀ ਅੱਛਾ ਜੀ ਮੈਂ ਕਦੇ ਕਦੇ ਸ਼ੌਂਕੀਆ ਤੌਰ ਤੇ ਬੰਨ ਲਈ ਦੀ ਆ ਜੀ ਅੱਛਾ ਅੱਛਾ ਮੈਂ ਤੁਹਾਡਾ ਡੋਲਾ ਵੀ ਦੇਖਿਆ ਸੀ ਕੀ ਸਾਈਜ਼ ਦਾ ਦੋਸਤੋ ਸੇਮ ਸਾਈਜ਼ ਆ ਨਹੀਂ ਬਦਲੋ ਤੇਰੇ ਲੱਕ ਤੇ ਲੱਕ ਦੇ ਡੋਲੇ ਦਾ ਤੁਹਾਡੀ ਹਾਈਟ ਕਿੰਨੀ ਆ ਜੀ ਮੇਰੀ ਹਾਈਟ 5.11 ਹੈ ਮੇਰੀ ਵੀ ਸੇਮ ਹੈ ਜੀ ਅੱਛਾ ਜੀ ਤੈਨੂੰ ਚੇਤੇ ਕਰਕੇ ਆ ਨੋਟੀਫਿਕੇਸ਼ਨ ਆਈ ਨਵੀਂ ਕੁੜੀ ਐਡ ਹੋਈ ਲਵਿੰਗ ਏਂਜਲ ਨਾਲ ਦੀ ਤੁਹਾਡੇ ਵੀ ਨਹੀਂ ਹੋਇਆ